ਬਾਬਾ ਫਰੀਦ ਜੀ ਦਾ ਸਥਾਨ ਜਿਹੜਾ ਕਿ ਪਿੰਡ ਫਕਰੂ ਵਾਲਾ ਨੇੜੇ ਸ਼ਾਹਕੋਟ ਵਿਖੇ ਅੱਜ ਤੋਂ ਲਗਭਗ 14 ਸਾਲ ਪਹਿਲਾਂ ਬਲਵਿੰਦਰ ਸਿੰਘ ਟੂਰਨਾ ਅਤੇ ਕਮੇਟੀ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਹਰ ਸਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਭਾਰੀ ਜੋੜ ਮੇਲਾ ਕਰਵਾਇਆ ਜਾਂਦਾ ਹੈ ਅਤੇ ਬਲਵਿੰਦਰ ਸਿੰਘ ਟੂਰਨਾ ਜੀ ਇੱਕ ਸਮਾਜ ਸੇਵੀ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਸਹਾਇਤਾ ਅਤੇ ਗਰੀਬ ਪਰਿਵਾਰਾਂ ਦੀ ਕੁੜੀਆਂ ਦੇ ਵਿਆਹ ਕਰਵਾਉਂਦੇ ਹਨ। ਇਸੇ ਤਹਿਤ 11 ਕੁੜੀਆਂ ਦੇ ਆਨੰਦ ਕਾਰਜ ਕਰਵਾਏ ਗਏ। ਪੇਸ਼ ਹੈ ਇੱਕ ਰਿਪੋਰਟ।
ਖਰਬੂਜਾ ਨਹੀਂ ਖਾਣ ਨੂੰ ਦਿੱਤਾ। ਇਹ ਸਾਰਾ
ਵਾਲਾ ਹੀ ਵਿਗੜ ਗਿਆ, ਸਾਰੇ ਸਿਰ ਬਣ ਗਏ। ਕਹਿੰਦੇ ਉਹ ਜਿਹੜਾ ਖੇਤ ਦਾ ਮਾਲ ਸੀ ਬਾਬੇ ਫਰੀਦ ਦੇ ਕੋਲ ਆਇਆ ਚਰਨਾਂ ਤੇ ਢਹਿ ਕੇ। ਉਹਨੇ ਆਖਿਆ ਭਗਤ ਜੀ ਮੈਂ ਤੇ ਮਾੜਾ ਵਾਲਾ ਜਿਹੜਾ ਉਹ ਮੁੱਲ ਲਿਆ ਸੀ ਤੇ ਮੇਰਾ ਤੇ ਸਾਰਾ ਵਾਲਾ ਹੀ ਵਿਗੜ ਗਿਆ, ਕਿਰਪਾ ਕਰੋ। ਹੁਣ ਫਰੀਦ ਜੀ ਨੇ ਆਖਿਆ ਵੀ ਉਹ ਤੇਰਾ ਜਿਹੜੇ ਸਿਰ ਆ ਉਹ ਸਾਰੇ ਖਰਬੂਜੇ ਬਣ ਜਾਣਗੇ, ਪਰ ਇੱਕ ਸਿਰ ਰਹਿ ਜੂਗਾ, ਤੈਨੂੰ ਉਹ ਸਿੱਖਿਆ ਦੇ ਕੇ ਉਹੀ ਮੁੜ ਕੇ ਖਰਬੂਜਾ ਬਣ ਜਾਏਗਾ। ਜਦੋਂ ਉਹ ਖੇਤ ਦਾ ਮਾਲਕ ਵਾਪਸ ਆਇਆ ਤੇ ਉਹ ਸਾਰੇ ਫਿਰ ਖਰਬੂਜੇ ਬਣੇ, ਇੱਕ ਸਿਰ ਰਹਿ ਗਿਆ। ਉਸ ਸਿਰ ਦੇ ਵਿੱਚੋਂ ਆਵਾਜ਼ ਆਈ, ਅਸੀਂ ਜੁਨਾ ਭੁਗਤ ਰਹੇ ਸਾਂ, ਉਹ ਭਗਤ ਨੇ ਛਾਕੇ ਉਹਦੇ ਸ਼ਗਨਾਂ ਦੀ ਸਾਡੀ ਮੁਕਤੀ ਹੋਈ ਸੀ, ਤੂੰ ਸੇਵਾ ਨਹੀਂ ਕਰ ਸਕਿਆ, ਹੁਣ ਤੈਨੂੰ ਵੀ ਜੂਨਾ 'ਚ ਪੈਣਾ ਪੈ ਜੂਗਾ। ਸੋ ਗੁਰੂ ਕੇ ਸਿੱਖੋ, ਬਾਬਾ ਫਰੀਦ ਜੀ ਜੋ ਆਪਣੇ ਮਖਾਰ ਬਿੰਦ ਵਿੱਚੋਂ ਕਹਿ ਲਿਆ ਕਰਦੇ ਸਾਰੇ
ਅਲੱਗ ਅਲੱਗ ਧਰਮਾਂ ਦੇ ਮੰਨਣ ਵਾਲੇ ਪੀਰਾਂ ਸੰਤਾਂ ਦੀ ਬਾਣੀ ਦਾ ਸ਼ਬਦ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸਾਰੀ ਸਾਧ ਸੰਗਤ ਜੀ ਕੋਈ ਰਸਨਾ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰ। ਗੁਰੂ ਦੀ ਗੋਲਕ ਗਰੀਬ ਦਾ ਮੂੰਹ। 11 ਲੜਕੀਆਂ ਦੇ ਆਨੰਦ ਕਾਰਜ 2 ਲੜੀਆਂ 'ਚ 33 ਖੰਡ ਪਾਤ ਸਾਹਿਬ ਦੇ ਭੋਗ। ਜਿਸ ਨਗਰ ਜਿਸ ਪਿੰਡ ਜਿਸ ਪਰਿਵਾਰ ਦੇ ਲੇਖੇ ਆਏ ਸੁਰੀ ਤੁਸੀਂ ਸਾਰੇ ਨਗਰ ਵਾਲੇ ਬੈਠੇ ਆਸ ਪਾਸ ਨਗਰ ਵਾਲੇ ਵੀ ਬੈਠੇ ਆ ਤੁਸੀਂ ਸਾਰੇ ਵਧਾਈ ਦੇ ਪਾਤਰ। ਮਾੜਾ ਕੰਮ ਹੋਵੇ ਖਬਰ ਮਿੰਟਾਂ 'ਚ ਪਹੁੰਚ ਜਾਂਦੀ ਹੈ, ਚੰਗੇ ਕੰਮ ਦੀ ਖਬਰ ਥੋੜ੍ਹੀ ਥੋੜ੍ਹੀ ਪਾਉਂਦੀ। ਸੋ ਮੈਂ ਬੇਨਤੀ ਕਰਦਾ ਚੰਗਿਆਈ ਨੂੰ ਪਛਾਣ ਕੇ ਟੁਰਨਾ ਪਰਿਵਾਰ ਦੇ ਹਿੱਸੇ ਜੋ ਆਈ ਆ 11 ਲੜਕੀਆਂ ਦੇ ਵਿਆਹ ਪਰਮਾਤਮਾ ਜੀ ਕਿਰਪਾ ਕਰਨ, ਵਾਹਿਗੁਰੂ ਜੀ ਕਿਰਪਾ ਕਰਨ, ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਬਾਲ ਬਖਸ਼ਣ, ਇਹ ਸਮਾਜ ਸੇਵਾ ਨੂੰ ਹੋਰ ਜ਼ਿਆਦਾ ਇਹਨਾਂ ਨੂੰ ਬਲ ਬਖਸ਼ਣ ਕਿ 11 ਦੀ ਜਗ੍ਹਾ ਅਗਲੀ ਵਾਰੀ 21 ਜਾਂ 31, ਕਿਉਂਕਿ ਦੇਣਾ ਜੋ ਪਰਮਾਤਮਾ ਨੇ ਉਹ ਵਾਹਿਗੁਰੂ ਨੇ ਦੇਣਾ। ਇਹ ਕੋਈ ਬੰਦੇ ਦੀ ਔਕਾਤ ਨਹੀਂ ਕਿ ਉਹ ਕਹੇ ਕਿ ਮੈਂ ਕੋਈ ਸੇਵਾ ਕਰਦਾ, ਇਹ ਸੇਵਾ ਟੁਰਨਾ ਪਰਿਵਾਰ ਨਹੀਂ ਕਰਦਾ, ਇਹ ਮਹਾਰਾਜ ਜੀ ਕਰਵਾਉਂਦੇ ਆ, ਇਹ ਬਾਬਾ ਜੀ ਕਰਵਾਉਂਦੇ ਆ, ਇਹ ਆਪਣੀ ਹਜ਼ੂਰੀ 'ਚ ਕਰਵਾਉਂਦੇ ਆ। ਸੋ ਜਿਹੜੇ ਇੱਥੇ 11 ਜੋੜੇ ਬੈਠੇ ਆ ਉਹਨਾਂ ਦੇ ਰਿਸ਼ਤੇਦਾਰ ਅਲੱਗ ਅਲੱਗ ਪਿੰਡਾਂ ਤੋਂ ਆਏ ਹੋਏ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ। ਸਰਦਾਰ ਹਰਦੇਵ ਸਿੰਘ ਲਾਡੀ ਹੋਣਾ ਨੇ ਵੀ ਆਉਣਾ ਸੀ, 5 ਮਿੰਟ ਪਹਿਲਾਂ ਸ਼ਾਇਦ ਉਹਨਾਂ ਦਾ ਫੋਨ ਆਇਆ ਕਿ ਪਟਿਆਲੇ ਕੋਈ ਕੰਮ ਜ਼ਰੂਰੀ ਪੈ ਗਿਆ, ਉਹਨਾਂ ਦੀ ਹਾਜ਼ਰੀ ਵੀ ਕਬੂਲ ਕਰ। ਅਗਲੇ ਆਗੂ ਸਰਦਾਰ ਅਮਨ ਮਲਹੋਤਰਾ ਜੀ, ਸਾਬਕਾ ਕੌਂਸਲਰ ਸਮਾਜ ਸੇਵਕ, ਉਹਨਾਂ ਨੂੰ ਸਨਮਾਨਿਤ ਕਰਨਗੇ ਟੁਰਨਾ ਪਰਿਵਾਰ ਜੀ। ਬੋਲੇ ਸੋ ਨਿਹਾਲ ਸਤ ਉਸ ਤੋਂ ਅੱਗੇ ਹੈਪੀ ਬਜਾਜ ਜੀ, ਬਿਕਰਮਜੀਤ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ। ਬੋਲੇ ਸੋ ਨਿਹਾਲ ਸਰ। ਉਸ ਤੋਂ ਅੱਗੇ ਬੌਬੀ ਗਰੋਵਰ ਜੀ, ਪ੍ਰਧਾਨ ਅਰੋੜਾ ਮਹਾਸਭਾ। ਇਸ ਤੋਂ ਅੱਗੇ ਵਿਸ਼ਾਲ ਸ਼ੈਲੀ ਜੀ ਸਮਾਜ ਸੇਵਕ, ਉਹਨਾਂ ਨੂੰ ਸਨਮਾਨ। ਉਸ ਤੋਂ ਅੱਗੇ ਸਾਬੀ ਪੱਤਰਕਾਰ ਜੀ, ਉਹ ਆਪਣਾ ਸਨਮਾਨਿਤ ਲੈਣ ਦੀ ਕਿਰਪਾਲਤਾ ਕਰਨ, ਸਾਬੀ ਪੱਤਰਕਾਰ ਜੀ। ਉਸ ਤੋਂ ਅੱਗੇ ਮਾਸਟਰ ਰਮਨ ਗੁਪਤਾ ਜੀ, ਉਹਨਾਂ ਨੂੰ ਸਨਮਾਨ ਕੀਤਾ ਜਾਣਾ ਹੈ, ਮਾਸਟਰ ਰਮਨ ਗੁਪਤਾ ਜੀ। ਉਸ ਤੋਂ ਅੱਗੇ ਅਜੇ ਕੁਮਾਰ ਜੀ, ਉਹਨਾਂ ਨੂੰ ਸਨਮਾਨ ਕੀਤਾ ਜਾਣਾ ਹੈ, ਅਜੇ ਕੁਮਾਰ ਜੀ।
ठाकुर काज रचाया धन हृदय नाम विकासी जन नार की बोले चौथी लावे हर पाया प्रभ अवनासी जन नार की बोले चौथी लावे हर पाया प्रभ अवनासी ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ।